ਸੱਚ ਦਾ ਪ੍ਰਚਾਰ ਕਰਦੇ ਹਾਂ। ਇਸ ਕਰਕੇ ਜੋ ਵੀ ਸੱਚ ਬੋਲਦਾ ਹਮੇਸ਼ਾ ਸਰਕਾਰਾਂ ਉਹਨਾਂ ਦੀਆਂ ਵਿਰੋਧੀ ਰਹੀਆਂ, ਇਹੋ ਕਹਾਂਗੇ। ਅਤੇ ਅੱਜ ਬਹੁਤ ਵੱਡੀ ਟੀਮ ਸਾਡੇ ਘਰ ਪਹੁੰਚੀ, ਰਾਤ ਤੜਕੇ 5 ਵਜੇ ਹਨੇਰੇ ਦੇ ਵਿੱਚ 11-12 ਜਾਣੇ ਆਏ ਆ। ਸਾਡੇ ਘਰ ਕੋਈ ਬੰਦਾ ਨਹੀਂ ਸੀਗਾ, ਨਾ ਮੱਖਣ ਸਿੰਘ ਆਪ ਖੁਦ ਘਰ ਸੀ, ਅਸੀਂ ਲੇਡੀਜ਼ ਘਰ ਸੀਗੀਆਂ। ਪਰ ਆਉਂਦਿਆਂ ਸਾਰ ਉਹਨਾਂ ਨੇ ਸਾਰੇ ਸਾਡੇ ਤਲਾਸ਼ੀ ਲਈ ਹੈ, ਪਰ ਨਿਕਲਿਆ ਕੁਝ ਨਹੀਂ। ਪਰ ਇੱਦਾਂ ਦੇ ਆਰੋਪ ਸਾਡੇ 'ਤੇ ਲਾਏ ਜਾ ਰਹੇ ਨੇ ਕਿ ਤੁਹਾਨੂੰ ਬਾਹਰਲੇ ਵਿਦੇਸ਼ਾਂ 'ਚੋਂ ਫੰਡਿੰਗ ਆ ਰਹੀ ਆ, ਪਰ ਸਾਨੂੰ ਕੋਈ ਫੰਡਿੰਗ ਨਹੀਂ ਆ ਰਹੀ। ਸਭ ਕੁਝ ਉਹਨਾਂ ਨੇ ਚੈੱਕ ਕਰ ਲਿਆ, ਪਰ ਮਿਲਿਆ ਉਹਨਾਂ ਨੂੰ ਵੀ ਕੁਝ ਨਹੀਂ ਗਾ। ਪਰ ਸਾਡੇ 'ਤੇ ਝੂਠੇ ਆਰੋਪ ਲਾ ਕੇ ਸਾਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ, ਪਰ ਸਾਡਾ ਨਾ ਕਿਸੇ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਜਾਂਦੇ ਹਾਂ। ਹਾਂਜੀ, ਸਾਡਾ ਕੰਮ ਆ ਪ੍ਰਚਾਰ ਕਰਨ ਦਾ, ਅਸੀਂ ਪ੍ਰਚਾਰ ਕਰਨ ਦੇ ਲਈ ਜਾਂਦੇ ਹਾਂ। ਮੱਖਣ ਸਿੰਘ ਵੀ ਗਏ ਆ ਕੈਨੇਡਾ, ਸਾਲ ਲਾ ਕੇ ਆਏ ਆ, ਪਰ ਅੱਜ ਸਾਨੂੰ ਬਹੁਤ ਹੀ ਜਲੀਲ ਕਰਨ ਵਾਲੀਆਂ ਹਰਕਤਾਂ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਪਰ ਨਾ ਅਸੀਂ ਦੋਸ਼ੀ ਹਾਂ, ਅਸੀਂ ਹਰ ਪੱਖੋਂ ਸਰਕਾਰ ਦੇ ਨਾਲ ਆ। ਜੇ ਕੋਈ ਵੀ ਕਿਸੇ ਗੱਲ ਦੀ ਇਨਵੈਸਟੀਗੇਸ਼ਨ ਕਰਦੇ ਆ, ਅਸੀਂ ਸਾਥ ਦੇਣ ਲਈ ਤਿਆਰ ਹਾਂ। ਕਿਸ ਤਰ੍ਹਾਂ ਦੇ ਸਵਾਲ ਕੀਤੇ ਜਾਏ? ਸਵਾਲ ਇਹੀ ਕੀਤੇ ਜਾ ਰਹੇ ਆ, ਤੁਹਾਡੇ ਬਾਹਰ ਕਿਸੇ ਨੇ ਕੈਨੇਡਾ ਦੇ ਵਿੱਚ ਕਿਸੇ ਨਾਲ ਸੰਬੰਧ ਆ ਗਏ, ਤੁਹਾਨੂੰ ਫੰਡਿੰਗ ਆ ਰਹੀ ਆ, ਵਿਦੇਸ਼ਾਂ 'ਚੋਂ ਪੈਸਾ ਆ ਰਿਹਾ, ਕਦੀ ਦਿੱਲੀ ਤੋਂ ਕਹਿ ਰਹੇ ਆ ਤੁਹਾਡੇ ਵਾਸਤੇ, ਅਸੀਂ ਦਿੱਲੀ ਤੋਂ ਆਏ ਹਾਂਗੇ ਸੈਂਟਰ, ਦਿੱਲੀ ਦੇ ਵਿੱਚੋਂ ਕੋਈ ਤੁਹਾਡੇ 'ਤੇ ਪਰਚਾ ਦਰਜ ਆ, ਹਾਲਾਂਕਿ ਸਾਡੇ 'ਤੇ ਅਜੇ ਤੱਕ ਇੱਕ ਵੀ ਕੋਈ ਜਿਹੜਾ ਪਰਚਾ ਦਰਜ ਨਹੀਂ, ਨਾ ਮੱਖਣ ਸਿੰਘ 'ਤੇ ਕੋਈ ਪਰਚਾ ਦਰਜ ਨਹੀਂ, ਫਿਰ ਵੀ ਨਾ ਤਾਂ ਸਾਡੇ ਨਾਂ 'ਤੇ ਕੋਈ ਮਤਲਬ ਕੋਈ ਪਰਚਾ ਦਰਜ ਆ, ਤਾਂ ਵੀ ਸਾਨੂੰ ਆ ਕੇ ਜਾਣ ਵੱਜ ਕੇ ਜਲੀਲ ਕਰਦੀਆਂ ਸਰਕਾਰਾਂ, ਜਾਣ ਵੱਜ ਕੇ ਸਾਨੂੰ ਖਰਾਬ ਕੀਤਾ ਜਾ ਰਿਹਾ। ਆ ਕੇ ਸਾਡੇ ਸਾਰੇ ਆਟੇ ਵਾਲੀਆਂ ਢੋਲੀਆਂ ਤੱਕ ਉਹਨਾਂ ਨੇ ਚੈੱਕ ਕੀਤੀਆਂ, ਪਰ ਮਿਲਿਆ ਕੱਖ ਨਹੀਂ, ਕਿਉਂਕਿ ਅਸੀਂ ਸੱਚੇ ਹਾਂ, ਅਸੀਂ ਝੂਠੇ ਨਹੀਂ। ਅਸੀਂ ਹਰ ਪੱਖੋਂ, ਅਸੀਂ ਕੋਈ ਵੀ ਜਿੱਥੇ ਸਾਨੂੰ ਬੁਲਾਉਂਦੇ ਅਸੀਂ ਜਾਣ ਲਈ ਤਿਆਰ ਹਾਂ, ਪਰ ਸਾਨੂੰ ਜਲੀਲ ਨਾ ਕੀਤਾ ਜਾਵੇ, ਅਸੀਂ ਇਹੀ ਕਹਾਂਗੇ। ਕੁਝ ਲੈਪਟੋਪ ਵਗੈਰਾ ਵੀ ਚੈੱਕ ਸਾਰਾ ਕੁਝ ਕਰਕੇ ਗਏ ਆਉਂਦੇ ਆ। ਸਰ ਪਹਿਲਾਂ ਉਹਨਾਂ ਨੇ ਸਾਡੇ ਫੋਨ ਫੜੇ, ਸਾਨੂੰ ਫੋਨ ਅਜੇ ਤੱਕ ਵੀ ਫੋਨ ਬੰਦ ਆ ਕੇ, ਜਿੰਨੇ ਦੇਰ ਅਸੀਂ ਜਾਂਦੇ ਨਹੀਂ ਸਾਡੇ ਹੁੰਦਿਆਂ ਤੱਕ ਫੋਨ ਨਹੀਂ ਤੁਸੀਂ ਯੂਜ ਕਰਨਾ। ਕੈਮਰੇ ਸਾਡੇ ਆਉਂਦੇ ਸਰ, ਉਹਨਾਂ ਨੇ ਕੈਮਰੇ ਬੰਦ ਕੀਤੇ ਆ, ਕੈਮਰੇ ਸਾਡੇ ਚੈੱਕ ਕੀਤੇ, ਚੈੱਕ ਕਰਨ ਸਾਨੂੰ ਕੋਈ ਪ੍ਰੋਬਲਮ ਨਹੀਂ, ਪਰ ਜਾਣ ਵੱਜ ਕੇ ਸਾਨੂੰ ਜਲੀਲ ਨਾ ਕਰਨ। ਇਹੋ ਕੰਮ ਉਹਨਾਂ ਨੇ ਆਪਣੀ ਜੋ ਬਣਦਾ ਸੀ ਉਹਨਾਂ ਨੇ ਵੇਖਿਆ ਸਾਰਾ ਕੁਝ, ਪਰ ਸਾਡੇ ਲੈਪਟੋਪ 'ਚ ਅਸੀਂ ਵੀਡੀਓ ਬਣਾਉਣੇ ਆਗੇ, ਐਡੀਟਿੰਗ ਵਗੈਰਾ ਕਰਦੇ ਆ, ਉਹੀ ਕੁਝ ਸੀਗਾ, ਦੇਖ ਲਿਆ ਉਹਨਾਂ ਨੇ। ਅਤੇ ਕੁਛ ਨੋਟਿਸ ਵਗੈਰਾ ਵੀ ਦੇਖੇ ਗਏ? ਹਾਂਜੀ, ਨੋਟਿਸ ਦੇ ਗਏ ਆ, 24 ਤਰੀਕ ਨੂੰ ਉਹਨਾਂ ਨੇ ਬੁਲਾਇਆ ਚੰਡੀਗੜ੍ਹ। ਅਤੇ ਮੱਖਣ ਸਿੰਘ ਆਪ ਕਿੱਥੇ ਗਏ? ਉਹ ਜੀ, ਅਸੀਂ ਪਰਾਲੀਆਂ ਝੋਨੇ ਦੀਆਂ ਪਰਾਲੀ ਦੀਆਂ ਗੱਠਾਂ ਨਹੀਂ ਬਣਾਉਣ ਦਾ ਕੰਮ ਉਹ ਸ਼ੁਰੂ ਕੀਤਾ ਹੋਇਆ, ਉਹ ਆਪ ਅੰਮ੍ਰਿਤਸਰ ਏਰੀਏ ਦੇ ਵਿੱਚ ਉੱਧਰ ਗਏ ਹੋਏ, ਸੱਚ ਦਾ ਪ੍ਰਚਾਰ ਕਰਦੇ ਹਾਂ। ਇਸ ਕਰਕੇ ਜੋ ਵੀ ਸੱਚ ਬੋਲਦਾ ਹਮੇਸ਼ਾ ਸਰਕਾਰਾਂ ਉਹਨਾਂ ਦੀਆਂ ਵਿਰੋਧੀ ਰਹੀਆਂ, ਇਹੋ ਕਹਾਂਗੇ। ਅਤੇ ਅੱਜ ਬਹੁਤ ਵੱਡੀ ਟੀਮ ਸਾਡੇ ਘਰ ਪਹੁੰਚੀ, ਰਾਤ ਤੜਕੇ 5 ਵਜੇ ਹਨੇਰੇ ਦੇ ਵਿੱਚ 11-12 ਜਾਣੇ ਆਏ ਆ। ਸਾਡੇ ਘਰ ਕੋਈ ਬੰਦਾ ਨਹੀਂ ਸੀਗਾ, ਨਾ ਮੱਖਣ ਸਿੰਘ ਆਪ ਖੁਦ ਘਰ ਸੀ, ਅਸੀਂ ਲੇਡੀਜ਼ ਘਰ ਸੀਗੀਆਂ। ਪਰ ਆਉਂਦਿਆਂ ਸਾਰ ਉਹਨਾਂ ਨੇ ਸਾਰੇ ਸਾਡੇ ਤਲਾਸ਼ੀ ਲਈ ਹੈ, ਪਰ ਨਿਕਲਿਆ ਕੁਝ ਨਹੀਂ। ਪਰ ਇੱਦਾਂ ਦੇ ਆਰੋਪ ਸਾਡੇ 'ਤੇ ਲਾਏ ਜਾ ਰਹੇ ਨੇ ਕਿ ਤੁਹਾਨੂੰ ਬਾਹਰਲੇ ਵਿਦੇਸ਼ਾਂ 'ਚੋਂ ਫੰਡਿੰਗ ਆ ਰਹੀ ਆ, ਪਰ ਸਾਨੂੰ ਕੋਈ ਫੰਡਿੰਗ ਨਹੀਂ ਆ ਰਹੀ। ਸਭ ਕੁਝ ਉਹਨਾਂ ਨੇ ਚੈੱਕ ਕਰ ਲਿਆ, ਪਰ ਮਿਲਿਆ ਉਹਨਾਂ ਨੂੰ ਵੀ ਕੁਝ ਨਹੀਂ ਗਾ। ਪਰ ਸਾਡੇ 'ਤੇ ਝੂਠੇ ਆਰੋਪ ਲਾ ਕੇ ਸਾਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ, ਪਰ ਸਾਡਾ ਨਾ ਕਿਸੇ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਜਾਂਦੇ ਹਾਂ। ਹਾਂਜੀ, ਸਾਡਾ ਕੰਮ ਆ ਪ੍ਰਚਾਰ ਕਰਨ ਦਾ, ਅਸੀਂ ਪ੍ਰਚਾਰ ਕਰਨ ਦੇ ਲਈ ਜਾਂਦੇ ਹਾਂ। ਮੱਖਣ ਸਿੰਘ ਵੀ ਗਏ ਆ ਕੈਨੇਡਾ, ਸਾਲ ਲਾ ਕੇ ਆਏ ਆ, ਪਰ ਅੱਜ ਸਾਨੂੰ ਬਹੁਤ ਹੀ ਜਲੀਲ ਕਰਨ ਵਾਲੀਆਂ ਹਰਕਤਾਂ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਪਰ ਨਾ ਅਸੀਂ ਦੋਸ਼ੀ ਹਾਂ, ਅਸੀਂ ਹਰ ਪੱਖੋਂ ਸਰਕਾਰ ਦੇ ਨਾਲ ਆ। ਜੇ ਕੋਈ ਵੀ ਕਿਸੇ ਗੱਲ ਦੀ ਇਨਵੈਸਟੀਗੇਸ਼ਨ ਕਰਦੇ ਆ, ਅਸੀਂ ਸਾਥ ਦੇਣ ਲਈ ਤਿਆਰ ਹਾਂ। ਕਿਸ ਤਰ੍ਹਾਂ ਦੇ ਸਵਾਲ ਕੀਤੇ ਜਾਏ ਜੀ? ਸਵਾਲ ਇਹੀ ਕੀਤੇ ਜਾ ਰਹੇ ਆ, ਤੁਹਾਡੇ ਬਾਹਰ ਕਿਸੇ ਨੇ ਕੈਨੇਡਾ ਦੇ ਵਿੱਚ ਕਿਸੇ ਨਾਲ ਸੰਬੰਧ ਆ ਗਏ, ਤੁਹਾਨੂੰ ਫੰਡਿੰਗ ਆ ਰਹੀ ਆ, ਵਿਦੇਸ਼ਾਂ 'ਚੋਂ ਪੈਸਾ ਆ ਰਿਹਾ, ਕਦੀ ਦਿੱਲੀ ਤੋਂ ਕਹਿ ਰਹੇ ਆ ਤੁਹਾਡੇ ਵਾਸਤੇ, ਅਸੀਂ ਦਿੱਲੀ ਤੋਂ ਆਏ ਹਾਂਗੇ ਸੈਂਟਰ, ਦਿੱਲੀ ਦੇ ਵਿੱਚੋਂ ਕੋਈ ਤੁਹਾਡੇ 'ਤੇ ਪਰਚਾ ਦਰਜ ਆ, ਹਾਲਾਂਕਿ ਸਾਡੇ 'ਤੇ ਅਜੇ ਤੱਕ ਇੱਕ ਵੀ ਕੋਈ ਜਿਹੜਾ ਪਰਚਾ ਦਰਜ ਨਹੀਂ, ਨਾ ਮੱਖਣ ਸਿੰਘ 'ਤੇ ਕੋਈ ਪਰਚਾ ਦਰਜ ਨਹੀਂ, ਫਿਰ ਵੀ ਨਾ ਤਾਂ ਸਾਡੇ ਨਾਂ 'ਤੇ ਕੋਈ ਮਤਲਬ ਕੋਈ ਪਰਚਾ ਦਰਜ ਆ, ਤਾਂ ਵੀ ਸਾਨੂੰ ਆ ਕੇ
ਜਾਣ ਵੱਜ ਕੇ ਜਲੀਲ ਕਰਦੀਆਂ ਸਰਕਾਰਾਂ, ਜਾਣ ਵੱਜ ਕੇ ਸਾਨੂੰ ਖਰਾਬ ਕੀਤਾ ਜਾ ਰਿਹਾ। ਆ ਕੇ ਸਾਡੇ ਸਾਰੇ ਆਟੇ ਵਾਲੀਆਂ ਢੋਲੀਆਂ ਤੱਕ ਉਹਨਾਂ ਨੇ ਚੈੱਕ ਕੀਤੀਆਂ, ਪਰ ਮਿਲਿਆ ਕੱਖ ਨਹੀਂ, ਕਿਉਂਕਿ ਅਸੀਂ ਸੱਚੇ ਹਾਂ, ਅਸੀਂ ਝੂਠੇ ਨਹੀਂ। ਅਸੀਂ ਹਰ ਪੱਖੋਂ, ਅਸੀਂ ਕੋਈ ਵੀ ਜਿੱਥੇ ਸਾਨੂੰ ਬੁਲਾਉਂਦੇ ਅਸੀਂ ਜਾਣ ਲਈ ਤਿਆਰ ਹਾਂ, ਪਰ ਸਾਨੂੰ ਜਲੀਲ ਨਾ ਕੀਤਾ ਜਾਵੇ, ਅਸੀਂ ਇਹੀ ਕਹਾਂਗੇ। ਕੁਛ ਲੈਪਟੋਪ ਵਗੈਰਾ ਵੀ ਚੈੱਕ ਸਾਰਾ ਕੁਝ ਕਰਕੇ ਗਏ ਆਉਂਦੇ ਸਰ, ਪਹਿਲਾਂ ਉਹਨਾਂ ਨੇ ਸਾਡੇ ਫੋਨ ਫੜੇ, ਸਾਨੂੰ ਫੋਨ ਅਜੇ ਤੱਕ ਵੀ ਫੋਨ ਬੰਦ ਆ ਕੇ ਜਿੰਨੇ ਦੇਰ ਅਸੀਂ ਜਾਂਦੇ ਨਹੀਂ, ਸਾਡੇ ਹੁੰਦਿਆਂ ਤੱਕ ਫੋਨ ਨਹੀਂ ਤੁਸੀਂ ਯੂਜ ਕਰਨਾ। ਕੈਮਰੇ ਸਾਡੇ ਆਉਂਦੇ ਸਰ, ਉਹਨਾਂ ਨੇ ਕੈਮਰੇ ਬੰਦ ਕੀਤੇ ਆ, ਕੈਮਰੇ ਸਾਡੇ ਚੈੱਕ ਕੀਤੇ, ਚੈੱਕ ਕਰਨ ਸਾਨੂੰ ਕੋਈ ਪ੍ਰੋਬਲਮ ਨਹੀਂ, ਪਰ ਜਾਣ ਵੱਜ ਕੇ ਸਾਨੂੰ ਜਲੀਲ ਨਾ ਕਰਨ। ਇਹੋ ਉਹਨਾਂ ਨੇ ਆਪਣੀ ਜੋ ਬਣਦਾ ਸੀ ਉਹਨਾਂ ਨੇ ਵੇਖਿਆ ਸਾਰਾ ਕੁਝ, ਪਰ ਸਾਡੇ ਲੈਪਟੋਪ 'ਚ ਅਸੀਂ ਵੀਡੀਓ ਬਣਾਉਣੇ ਆਗੇ, ਐਡੀਟਿੰਗ ਵਗੈਰਾ ਕਰਦੇ ਆ, ਉਹੀ ਕੁਝ ਸੀਗਾ ਦੇਖ ਲਿਆ ਉਹਨਾਂ ਨੇ। ਤੇ ਕੁਝ ਨੋਟਿਸ ਵਗੈਰਾ ਵੀ ਦੇਖੇ ਗਏ? ਹਾਂਜੀ, ਨੋਟਿਸ ਦੇ ਗਏ ਆ 24 ਤਰੀਕ ਨੂੰ ਉਹਨਾਂ ਨੇ ਬੁਲਾਇਆ ਚੰਡੀਗੜ੍ਹ। ਤੇ ਮੱਖਣ ਸਿੰਘ ਆਪ ਕਿੱਥੇ ਨੇ? ਉਹ ਜੀ, ਅਸੀਂ ਪਰਾਲੀਆਂ ਝੋਨੇ ਦੀਆਂ ਪਰਾਲੀ ਦੀਆਂ ਗੱਠਾਂ ਨਹੀਂ ਬਣਾਉਣ ਦਾ ਕੰਮ ਉਹ ਸ਼ੁਰੂ ਕੀਤਾ ਹੋਇਆ, ਉਹ ਆਪ ਅੰਮ੍ਰਿਤਸਰ ਏਰੀਏ ਦੇ ਵਿੱਚ ਉੱਧਰ ਗਏ।